दर्शकों इस वक्त मैं मीना बाजार च आ चुकिया। मीना बाजार की हुंदा वा? इस वक्त मैं दिल्ली दे मीना बाजार दे विच आ। ये अज दा नहीं लगदा, सदियां हो गई। अकबर वेले तो कहिंदे लगना चालू होया सीगा दिल्ली दे विच मीना बाजार। ओ दूर तक दिखा दो जिथे तक लाइटां नजर आउणगियां। ये शाम तक रात दे 10-11 बजे तक चलदा। कितने बजे तक चलता है? 11 बजे तक चलता बाजार सारा। मीना बाजार दे सुन मैं दसदा वी गहना गट्टा की औरतों का ज़्यादातर समान हुंदा सी, जिवें कि आ वा है चीज़ा तुम दस जानियाँ साफ तौर पर भी यह चीज़ा सारिया ही कि इधर आज उतर आओ नाल दी नाल मैं तुम दस दया गलबात मीना बाजार। उस तो बाद फिर कहते दसया जाता वा जहांगीर वाले ते जहांगीर वेले भी चलता सीगा। उस तो बाद जो शाहजहां सी उन्हें फिर लाल किले के कोल लवाना शुरू करते पुरानी दिल्ली के पुरानी दिल्ली के जामा मस्जिद इधर नाल वाले पासे रह गई तो लाल किला भी इधर नेड़े ही रह गया। मेरे ख्याल जिथे ही रह गया नेड़े है ना, आ नाल ही सामने रह गया। उस जो शाहजहां से इन्हें पर आप बाजार लाना शुरू करता, आपके किले के बाजार लाना शुरू करता सीगा। इस हुंदा कि सी जो मीना बाजार हुंदा सी असल च औरतां लाउंदियां हुंदियां सी औरतों के वास्ते, पर बादशाह फिर भी उत्थे गेड़ा मार जांदा हुंदा सीगा। मतलब औरतों का सारा समान ही उन्हां वेलां च हुंदा सीगा। इस तों बिना मीना बाजार दे विच गहना गट्टा हीरिया मोती वगैरह भी उत्थे आउंदे हुंदे सीगे, पर समय समय से रूप बदलदा गया। किसे समय जामा मस्जिद दे चार छपेरे ਇਹ ਮੀਨਾ ਬਾਜ਼ਾਰ ਹੁੰਦਾ ਸੀ, ਉਹ ਚੱਲ ਗਏ ਦੇਖਦੇ ਜਾਂਦੇ ਹਾਂ। ਹੁਣ ਤਾਂ ਕੱਪੜਾ ਵਗੈਰਾ ਕੀ ਸਾਰਾ ਕੁਛ ਕੀ ਕਈ ਕੁਛ ਵਰਾਇਟੀ ਤੁਹਾਨੂੰ ਇੱਥੇ ਮਿਲ ਜੂਗੀ। ਮਤਲਬ ਥੋੜ੍ਹਾ ਚਾਲੂ ਮਾਲ ਕਿਸਮ ਦਾ ਹੁੰਦਾ ਵਾ, ਵਿੱਚ ਹੀ ਖਾਣ ਪੀਣ ਦਾ ਚੱਲੀ ਜਾਂਦਾ। ਅਤੇ ਇਦੋਂ ਬਾਅਦ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਵੀ ਤਾਂ ਉਦੋਂ ਬਾਅਦ ਜਦੋਂ ਸਭ ਤੋਂ ਪਹਿਲਾਂ ਅਸੀਂ ਆਪਣਾ ਕਿਉਂਕਿ ਜਿਹੜਾ ਦਿੱਲੀ ਦੇ ਵਿੱਚ ਆਮਦ ਹੋਈ ਆ ਨਾ ਮੁਗਲ ਵੰਸ਼ ਦੀ, ਉਹ ਆਮਦ ਹੋਈ ਇੱਥੇ ਰਾਜ ਰਿਹਾ ਸਈਆਂ ਦਾ ਰਾਜ ਰਿਹਾ ਵਾ, ਲੋਧੀਆਂ ਦਾ ਰਾਜ ਰਿਹਾ ਵਾ। ਉਸ ਤੋਂ ਬਾਅਦ ਦੇ ਵਿੱਚ ਲੋਧੀਆਂ ਨੂੰ ਖਤਮ ਕਰਕੇ 1526 'ਚ ਪਾਣੀਪਤ ਦੀ ਲੜਾਈ ਤੋਂ ਬਾਅਦ ਬਾਬਰ ਦਾ ਰਾਜ ਆ ਗਿਆ ਹੈ ਨਾ, ਮੁਗਲਾਂ ਦਾ ਰਾਜ ਚੱਲ ਪਿਆ। ਮੁਗਲ ਬਾਬਰ ਤੋਂ ਬਾਅਦ ਆ ਗਿਆ ਆਪਣਾ ਹੁਮਾਯੂ ਆ ਗਿਆ ਉਹਦਾ ਮੁੰਡਾ। ਉਸ ਤੋਂ ਬਾਅਦ ਹੁਮਾਯੂ ਨੂੰ ਹਰਾ ਕੇ ਕੁੱਟ ਕੇ ਭਜਾ ਕੇ ਫਿਰ ਰਾਜ ਆ ਗਿਆ ਸ਼ੇਰ ਸ਼ਾਹ ਸੂਰੀ ਦਾ। ਸ਼ੇਰ ਸ਼ਾਹ ਸੂਰੀ ਤੋਂ ਬਾਅਦ ਫਿਰ ਹੁਮਾਯੂ ਬੈਠ ਗਿਆ, ਫਿਰ ਆਪਣਾ ਸ਼ਾਹ ਆਪਣਾ ਜਹਾਂਗੀਰ ਆ ਗਿਆ, ਅਕਬਰ ਆ ਗਿਆ। ਅਕਬਰ ਤੋਂ ਬਾਅਦ ਜਹਾਂਗੀਰ ਆ ਗਿਆ, ਜਹਾਂਗੀਰ ਤੋਂ ਬਾਅਦ ਆਪਣਾ ਸ਼ਾਹਜਹਾਂ, ਔਰੰਗਜ਼ੇਬ, ਆਖਰ 'ਤੇ ਬਹਾਦਰ ਸ਼ਾਹ ਜ਼ਫਰ ਤੱਕ। ਜਦੋਂ ਬਹਾਦਰ ਸ਼ਾਹ ਜ਼ਫਰ ਵੇਲੇ ਸੀ ਉਹ ਸਾਰਾ ਖਤਮ ਹੋ ਗਿਆ ਸੀ, ਅਤੇ ਇਹਦਾ ਫਿਰ ਨਾ ਰੂਪ ਵਿਗੜਨਾ ਸ਼ੁਰੂ ਹੋ ਗਿਆ। ਸਰਕਾਰ ਨੇ ਆਪਦੇ ਅੰਡਰ ਕਰਨਾ ਸ਼ੁਰੂ ਕਰਤਾ ਅੰਗਰੇਜ਼ਾਂ ਨੇ। ਅਤੇ ਉਦੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਇਹਨੂੰ ਫਿਰ ਥੋੜ੍ਹੇ ਵਿਸਥਾ ਕਿਲੇ 'ਚੋਂ ਕੱਢ ਕੇ ਫਿਰ ਆਮ ਲੋਕਾਂ ਨੇ ਦੁਕਾਨਾਂ ਪਾਉਣੀਆਂ ਸ਼ੁਰੂ ਕਰਤੀਆਂ, ਜਿਹੜੇ ਉਸ ਸਮੇਂ ਦੇ ਵਪਾਰੀ ਹੁੰਦੇ ਸੀ। ਦੇਖੋ ਜਿਹੜਾ ਵਪਾਰੀ ਵਰਗ ਆ ਉਹ ਹਮੇਸ਼ਾ ਉਹਨੂੰ ਤਾਂ ਸਲਤਨਤ ਬਦਲੀ ਦਾ ਕੋਈ ਬੜਾ ਫਰਕ ਨਹੀਂ ਪੈਂਦਾ, ਕਿਸੇ ਨੇ ਟੈਕਸ ਵਧਾ ਦੇਣਾ ਹੁੰਦਾ ਅਤੇ ਕਿਸੇ ਨੇ ਘਟਾ ਦੇਣਾ ਹੁੰਦਾ, ਸਿਰਫ ਇੰਨੀ ਕੁ ਹੀ ਗੱਲ ਹੁੰਦੀ ਆ। ਆਪਾਂ ਉੱਧਰ ਚੱਲ ਕੇ ਗੱਲਬਾਤ ਕਰਦੇ ਨਹੀਂ, ਇੱਧਰ ਨੇਰਾ ਵਾਲਾ। ਅਤੇ ਸੁਣੋ ਮੈਂ ਦੱਸਦਾ ਸੀ ਵੀ ਵਪਾਰੀਆਂ ਨੂੰ ਬੜਾ ਫਰਕ ਨਹੀਂ ਪੈਂਦਾ, ਉਹਨਾਂ ਨੂੰ ਸਿਰਫ ਫਰਕ ਨਹੀਂ ਪੈਂਦਾ ਹੁੰਦਾ ਵਾ ਰਾ ਟੈਕਸ ਕਦੇ ਥੋੜ੍ਹਾ ਜਿਹਾ ਵਧਾ ਤਾ ਕਿਸੇ ਨੇ ਘਟਾ ਤਾ, ਅਦਰਵਾਈਜ਼ ਉਹ ਸੇਮ ਹੀ ਰਹਿੰਦਾ ਹੈ ਨਾ। ਰਾਜ ਭਾਗ ਉੱਤੇ ਉਤਲਾ ਬਦਲ ਜਾਂਦਾ, ਥੱਲੇ ਵਾਲਾ ਢਾਂਚਾ ਸੇਮ ਰਹਿੰਦਾ, ਪਹਿਲਾਂ ਸਰਕਾਰ ਹੁੰਦੀ ਹੈ ਪਰ ਅਫਸਰ ਉਹੀ ਰਹਿੰਦੇ ਆ। ਉਸੇ ਤਰੀਕੇ ਦੇ ਨਾਲ ਫਿਰ ਜਿਹੜੇ ਉਹਨਾਂ ਦੇ ਵਪਾਰੀ ਸੀ ਉਹਨਾਂ ਨੇ ਫਿਰ ਇਸ ਤਰੀਕੇ ਦੀਆਂ ਦੁਕਾਨਾਂ ਪਾ ਲਈਆਂ ਹੁਣ, ਜਿਵੇਂ ਘੜੀਆਂ ਦੇ ਰੂਪ 'ਚ ਆ ਗਏ ਹੈ ਨਾ, ਅਲੱਗ ਅਲੱਗ ਚੀਜ਼ਾਂ ਇੱਦਾਂ ਆ ਗਈ ਤੁਹਾਨੂੰ ਬਾਜ਼ਾਰ 'ਚ ਨਜ਼ਰ ਆ ਜਾਣਗੀਆਂ ਚੀਜ਼ਾਂ, ਛੁੱਟੀਆਂ ਛੁੱਟੀਆਂ ਦੁਕਾਨਾਂ ਸਮਾਂ ਪਾ ਕੇ ਬਦਲ ਦੇਣਗੇ। ਜਿਹੜੀ ਆਹ ਥਾਵਾਂ ਇਹ 1975 ਦੇ ਵਿੱਚ ਸਰਕਾਰ ਨੇ ਅਲਾਟ ਕੀਤੀ ਸੀ ਵੀ ਉਚਾਰੇ ਜੰਮੂ ਮਸਜਿਦ ਦੇ ਪਰਲੇ ਪਾਸੇ ਇੱਧਰ ਲਿਆ ਕੇ ਸ਼ਿਫਟ ਕੀਤਾ ਸੀ ਇਹ ਬਾਜ਼ਾਰ, ਤਾਂ ਕਾਫੀ ਕੱਪੜਾ ਵਗੈਰਾ ਵੀ ਤੁਹਾਨੂੰ ਇੱਥੇ ਨਜ਼ਰ ਮਿਲ ਜੂਗਾ। ਅੱਜ ਉੱਧਰ ਚੱਲ ਗਏ ਦੇਖ ਲਈਏ। ਹੋਰ ਬਦਲ ਕੈਸੇ ਹੋ? ਠੀਕ ਠਾਕ ਦਿਖਣਾ ਮੈਮ, ਆ ਜਾਓ ਇੱਧਰਲੇ ਪਾਸੇ। ਮਤਲਬ ਵੀ ਕਾਫੀ ਨਿੱਕੀਆਂ ਨਿੱਕੀਆਂ ਭੀੜੀਆਂ ਭੀੜੀਆਂ ਗਲੀਆਂ ਦੇ ਵਿੱਚ ਇਹ ਬਾਜ਼ਾਰ ਵਸੇ ਹੋਏ ਆ, ਜਿਵੇਂ ਇੱਧਰ ਨੂੰ ਵੀ ਗਲੀ ਜਾਂਦੀ ਆ, ਆ ਕੱਪੜੇ ਦਾ ਆ ਗਿਆ। ਮਤਲਬ ਜ਼ਿਆਦਾਤਰ ਔਰਤਾਂ ਦਾ ਹੀ ਇਹ ਬਾਜ਼ਾਰ ਹੁੰਦਾ ਸੀਗਾ ਅਤੇ ਹਜੇ ਤੱਕ ਵੀ ਜਾਰੀ ਆ। ਮਤਲਬ ਨਾ ਮਤਲਬ ਰਾਜ ਭਾਗ ਬਦਲਦੇ ਗਏ, ਨਾਮ ਮਤਲਬ ਉਹੀ ਰਿਹਾ ਅਤੇ ਉਹਦਾ ਅੰਦਾਜ਼ ਬਦਲਦਾ ਗਿਆ, ਮਾਰਕੀਟ ਕਰਨ ਦਾ ਤਰੀਕਾ ਬਦਲਦਾ ਗਿਆ, ਉੱਥੇ ਚੀਜ਼ਾਂ ਬਦਲਦੀਆਂ ਗਈਆਂ, ਮਤਲਬ ਫੈਸ਼ਨ ਦੇ ਹਿਸਾਬ ਨਾਲ ਬਦਲਦੇ ਗਏ। ਪਰ ਨਾ ਅਤੇ ਮੀਨਾ ਬਾਜ਼ਾਰ ਆਪਦੇ ਆਪ 'ਚ ਉਦੋਂ ਦਾ ਹੀ ਮਹਾਨ ਰੱਖਦਾ। ਇੱਥੇ ਇੱਕ ਨਾ ਕਿਲਾ ਵਾ ਤੁਗਲਕਾਬਾਦ, ਉਸ ਕਿਲੇ ਦੇ ਵਿੱਚ ਵੀ ਮੀਨਾ ਬਾਜ਼ਾਰ ਦੇ ਪੁਰਾਣੇ ਅਵਸ਼ੇਸ਼ ਹੈਗੇ ਆ, ਉਹਦੀ ਆਪਾਂ ਵੀਡੀਓ ਪਾਈ ਹੋਈ ਆ ਆਪਾਂ, ਉਹ ਵੀ ਤੁਸੀਂ ਖਾਸ ਤੌਰ 'ਤੇ ਉੱਥੇ ਜਾ ਕੇ ਦੇਖ ਸਕਦੇ ਹੋ। ਸੋ ਇਹੋ ਜਿਹੀਆਂ ਸਾਰੀਆਂ ਗਲੀਆਂ ਇਹੋ ਜਿਹੀਆਂ ਸੇਮ ਤਰ੍ਹਾਂ ਦੀਆਂ ਹੈ ਨਾ ਬਾਈ? ਹਾਂ ਬਾਈ, ਸਾਰਾ ਇੱਕੋ ਤਰ੍ਹਾਂ ਦਾ ਹੀ ਆ। ਦਰਸ਼ਕੋ ਕਿਸੇ ਸਮੇਂ ਹੁੰਦਾ ਸੀਗਾ ਕਿ ਰਾਜਾ ਮਹਾਰਾਜਾ ਦਿੱਲੀ ਦੇ ਨੇੜੇ ਤੇੜੇ ਦੇ ਅਹਿਲਕਾਰ ਵਜ਼ੀਰ ਵਗੈਰਾ ਚਾਂਦੀ ਦੀਆਂ ਗਲਾਸਾਂ 'ਚ ਖਾਂਦੇ ਪੀਂਦੇ ਸੀ ਭਾਂਡਿਆਂ ਦੇ ਵਿੱਚ। ਹੁਣ ਤਾਂ ਚਾਂਦੀ ਦੇ ਨਾ ਖਾਣ ਵਾਲੇ ਰਹੇ ਆ, ਨਾ ਪਿਆਉਣ ਵਾਲੇ ਰਹੇ ਆ, ਅਤੇ ਨਾ ਚਾਂਦੀ ਦੇ ਉਸਾ ਦਾ ਕੰਮ ਹੁੰਦਾ, ਤਾਂ ਹੁਣ ਸਿਰਫ ਆਰਟੀਫਿਸ਼ੀਅਲ ਅਲਮੋਨੀਅਮ ਦੇ ਬਰਤਨ ਰਹਿ ਗਏ। ਮਤਲਬ ਉਹੋ ਜਿਹੀ ਫੀਲਿੰਗ ਲੈਣ ਦੇ ਵਾਸਤੇ ਹਜੇ ਭਾਂਡੇ ਰਹਿ ਗਏ। ਕਿਸੇ ਸਮੇਂ ਮਹਾਰਾਜੇ ਮਹਾਰਾਜੇ ਇਹਨਾਂ ਦੇ ਵਿੱਚ ਖਾਂਦੇ ਪੀਂਦੇ ਹੁੰਦੇ ਸੀ, ਸੋਨੇ ਚਾਂਦੀ ਦੀਆਂ ਧਾਤਾਂ ਵਾਲਾ ਕੰਮ ਨਹੀਂ ਸੀ ਜਿਹਨੂੰ ਕਹਿੰਦੇ ਹੁੰਦੇ, ਇਹੋ ਜਿਹੇ ਗੜਬੇ ਵਗੈਰਾ ਤੁਹਾਨੂੰ ਮਿਲ ਜਾਣ ਲੈ। ਇਹ ਉੱਦਾਂ ਹੀ ਆ, ਮਤਲਬ ਹੈਗੇ ਇਹ ਅਲਮੀਨੀਅਮ ਜਿਹਦੇ ਬਣੇ ਹੈਗੇ ਆ, ਆਹ ਗਲਾਸ ਗਲੂਸ ਦੇਖੋ ਪਏ। ਮਤਲਬ ਇਹ ਮੀਨਾ ਬਾਜ਼ਾਰ ਦੇ ਵਿੱਚ ਉਦੋਂ ਅਸਲ ਦੇ ਵਿੱਚ ਸੋਨੇ ਚਾਂਦੀ ਦੇ ਹੁੰਦੇ ਸੀਗੇ, ਪਰ ਸਮਾਂ ਪਾ ਕੇ ਹੁਣ ਇਹਦਾ ਰੰਗ ਰੂਪ ਅਤੇ ਅੰਦਾਜ਼ ਬਦਲ ਚੁੱਕਿਆ ਵਾ।
तो अगली बार नवा विशा लैके मिलते हैं। दिल्ली का मीना बाजार से जामा मस्जिद के कोले। सो अगली बार नवा विशा लैके आप मिलते हैं।